out here. ਇੱਥੇ ਜ਼ਮੀਨੀ ਤਿਆਰੀ ਕਰ ਰਹੇ ਹਾਂ ਕਮਾਦ ਬੀਜਣ ਵਾਸਤੇ। ਇੱਥੇ ਪਹਿਲੇ ਆ ਜ਼ਮੀਨ ਨੂੰ ਇੱਕ ਖਲ ਮਾਰਿਆ ਗਿਆ ਵਾ, ਉਸ ਤੋਂ ਬਾਅਦ ਇੱਕ ਰੂਟਾਵਾਟਰ ਮਾਰਿਆ ਗਿਆ, ਹੁਣ ਉਸ ਤੋਂ ਬਾਅਦ ਫਿਰ ਖਲ ਮਾਰ ਰਹੇ ਹਾਂ, ਯਾਨੀ ਕਿ ਚੀਜ਼ਾ ਚੂਜ਼ਾ ਨਹੀਂ ਮਾਰਿਆ। ਅਤੇ ਤੁਹਾਨੂੰ ਇਹ ਦਿਖਾਉਂਦੇ ਹਾਂ 375 MF ਟਰੈਕਟਰ ਆ, ਇਹ ਹੱਲ ਮਾਰ ਰਹੇ ਅਸੀਂ ਇਹਨੂੰ। ਇਹਨੂੰ ਕੰਘੀ ਹੱਲ ਵੀ ਕਹਿੰਦੇ ਆ, ਲੇਕਿਨ ਆਮ ਜ਼ਿਆਦਾ ਇਹਨੂੰ ਹੱਲ ਹੀ ਕਹਿੰਦੇ ਆ, ਹੱਲ ਮਾਰ ਰਹੇ ਕੰਘੀ ਹੱਲ। ਅਤੇ ਇਹ ਤੁਹਾਨੂੰ ਦਿਖਾਉਂਦੇ ਹਾਂ ਸਾਡੇ ਕੋਲ 375 MF ਟਰੈਕਟਰ ਆ, ਹੱਲ ਮਾਰ ਰਹੇ ਬਿਲਕੁਲ ਜ਼ਮੀਨ ਵਿੱਚ। ਅਤੇ ਤੁਹਾਨੂੰ ਹੁਣ ਇਹਦੀ ਦਿਖਾਉਂਦੇ ਹੱਲ ਕਿੰਨਾ ਥੱਲੇ ਡੂੰਘਾ ਜਾਂਦਾ ਵਾ, ਅਤੇ ਹੱਲ ਨੇ ਕਿੰਨੀ ਕੁ ਜ਼ਮੀਨ ਪੱਟੀ ਹੋਈ ਹੈ। ਬੱਤਰ ਬਿਲਕੁਲ ਇਹ ਠੀਕ ਸੀਗਾ, ਅਤੇ ਇਸ ਵਾਸਤੇ ਹੱਲਾਂ ਨਾਲ ਪੱਟੀ ਗਈ ਹੈ, ਨਹੀਂ ਤਾਂ ਬੱਤਰ ਨਾਲ ਸੁੱਕੀ ਹੁੰਦੀ ਬਿਲਕੁਲ, ਫਿਰ ਤਾਂ ਚੀਜ਼ਾਂ ਨੇ ਪੱਟਣੀ ਪੈਣੀ ਸੀਗੀ। ਇਸ ਦੇ ਹੱਦ ਦੋ ਹੱਲ ਮਾਰੇ ਆ, ਟੂਟਾ ਵਾਟਰ ਮਾਰਿਆ, ਜ਼ਮੀਨ ਤਿਆਰ ਹੋ ਗਈ ਹੈ। ਆਹ ਦੇਖੋ ਥੱਲੇ ਤੱਕ ਖੁੱਲ੍ਹ ਕੇ ਜਾ ਰਹੇ ਆ, ਇਹ ਜ਼ਮੀਨ ਕਮਾਦ ਵਾਸਤੇ ਤਿਆਰ ਕਰ ਲਈ ਆ। ਇਨਸ਼ਾਅੱਲਾ ਅੱਜ ਕੱਲ੍ਹ ਇਹਦੇ ਵਿੱਚ ਅਸੀਂ ਕਮਾਦ ਬੀਜਾਂਗੇ, ਇਨਸ਼ਾਅੱਲਾ ਜਦੋਂ ਕਮਾਦ ਬੀਜਿਆ ਖੇਲਾਂ ਕੱਢੀਆਂ ਅਸੀਂ ਤੁਹਾਨੂੰ ਉਹ 'ਤੇ ਵੀਡੀਓ ਬਣਾ ਕੇ ਜ਼ਰੂਰ ਦਿਖਾਵਾਂਗੇ। ਦੇਖੋ ਜ਼ਮੀਨ ਬਿਲਕੁਲ ਤਿਆਰ ਹੋ ਗਈ ਆ, ਅਸੀਂ ਇਹਦੇ 'ਚ ਇਨਸ਼ਾਅੱਲਾ ਅੱਜ ਜਾਂ ਕੱਲ੍ਹ ਕਮਾਦ ਬੀਜਣਾ ਵਾ, ਅਸੀਂ ਉਹਦੇ 'ਤੇ ਵੀਡੀਓ ਬਣਾ ਕੇ ਤੁਹਾਨੂੰ ਜ਼ਰੂਰ ਦਿਖਾਵਾਂਗੇ ਅਸੀਂ ਕਮਾਦ ਕਿੱਦਾਂ ਬੀਜ ਰਹੇ ਹਾਂ। ਉਦੋਂ ਤੱਕ ਸਾਨੂੰ ਦਿਓ ਇਜਾਜ਼ਤ, ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦਾਰੀ ਲੱਗੀ ਹੈ ਸਾਨੂੰ ਕਮੈਂਟਸ ਬੋਕਸ ਜ਼ਰੂਰ ਦੱਸਿਓ, ਅਤੇ ਅਗਲੀ ਇੱਦਾਂ ਦਾਰੀ ਹੋਰ ਮਜ਼ੀਦ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਈਓ, ਅਤੇ ਥੱਲੇ ਬੈੱਲ ਆਈਕੋਨ ਨੂੰ ਵੀ ਪ੍ਰੈੱਸ ਕਰ ਲੀਜੀਏ।